ਜਦੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੀ ਘੜਤ ਘੜੀ ਐ ਬੜਾ ਧਿਆਨ ਦੇ ਕੇ ਸ਼ਰਬਨ ਕਰਿਆ ਜੀ ਗੱਲ ਨੂੰ ਜਦੋਂ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਿੱਖ ਦੀ ਘੜਤ ਘੜੀ ਨਾ ਤੇ ਪਾਤਸ਼ਾਹ ਕਹਿੰਦੇ ਮੈਂ ਤੇਰੇ ਵਿੱਚ ਦੋਵੇਂ ਗੁਣ ਦੇਖਣਾ ਚਾਹੁੰਨਾ ਮਾ ਬੜਾ ਧਿਆਨ ਦਿਓ ਤੇਰੇ ਵਿੱਚ ਮੈਂ ਦੋਵੇਂ ਗੁਣ ਦੇਖਣਾ ਚਾਹੁੰਨਾ ਮਾ ਪੁੱਛਿਆ ਬਾਬਾ ਜੀ ਕਿਹੜੇ ਕਿਹੜੇ ਸਾਬ ਜੀ ਕਹਿੰਦੇ ਮੈਂ ਤੇਰੇ ਵਿੱਚ ਸੰਤ ਵੀ ਦੇਖਣਾ ਚਾਹੁੰਨਾ ਮਾ ਤੇਰੇ ਵਿੱਚ ਮੈਂ ਸਿਪਾਈ ਵੀ ਦੇਖਣਾ ਚਾਹੁੰਨਾ ਮਾ ਜਦੋਂ ਬਾਬਾ ਦੀਪ ਸਿੰਘ ਤੁਸੀਂ ਕਲਮ ਦੇ ਨਾਲ ਸੇਵਾ ਕਰਦੇ ਹੋ ਤੇ ਮੈਂ ਕਹਿੰਦਾ ਇਹ ਤੁਹਾਡੀ ਸੰਤ ਬਿਰਤੀ ਐ ਜਦੋਂ ਤੇਗ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਅ ਤੇ ਜਹਾਨ ਖਾਨ ਵਰਗਾ ਜਿਹੜਾ ਗੱਭਰੂ ਜਵਾਨ ਯੋਧਾ ਤੇ ਵੇਖ ਕੇ थरथਰ ਕੰਬਣ ਲੱਗ ਪੈਂਦਾ ਬਾਬਾ ਉਦੋਂ ਮੈਂ ਕਹਿ ਸਕਦਾ ਮੈਂ ਕਿ ਸੱਚੀ ਮੁੱਚੀ ਇਹ ਤੁਹਾਡੇ ਅੰਦਰ ਸਿਪਾਈ ਵੀ ਹੈ ਠੀਕ ਹੈ ਜੀ ਸਿੱਖ ਨੇ ਸੰਤ ਵੀ ਬਣਨਾ ਹੈ ਤੇ ਸਿੱਖ ਨੇ ਸਿਪਾਈ ਵੀ ਬਣਨਾ ਹੈ ਇਹਦੇ ਅਰਥ ਬਣਦੇ ਨੇ ਵੀ ਸਮਾ ਪੈਣ ਦੇ ਉੱਪਰ ਸਾਡਾ ਹੱਥ ਆਪਣੀ ਤੇਗ ਤੇ ਵੀ ਜਾਣਾ ਪਰ ਖਿਆਲ ਕਰਿਆ ਜੇ ਜੇ ਸੰਤ ਬਿਰਤੀ ਹੋਵੇਗੀ ਨਾ ਤੇ ਫਿਰ ਤੁਹਾਡੀ ਤੇਕ ਕਦੀ ਕਿਸੇ ਦਾ ਮਾੜਾ ਨਹੀਂ ਕਰੇਗੀ ਆ ਕੋ ਸਤਨਾਮ ਸ੍ਰੀ ਗੱਲ ਨੂੰ ਸਮਝ ਜਾ ਜੇ ਜੇ ਤੁਹਾਡੇ ਅੰਦਰ ਸੰਤ ਬਿਰਤੀ ਨਾ ਹੋਈ ਫਿਰ ਤੁਸੀਂ ਆਪਣੀ ਤੇਗ ਨਾਲ ਕਿਸੇ ਨਾਲ ਧੱਕਾ ਵੀ ਕਰ ਸਕਦੇ ਹੋ ਕਿਸੇ ਦਾ ਮਾੜਾ ਵੀ ਕਰ ਸਕਦੇ ਹੋ ਪਰ ਜਦੋਂ ਤੁਹਾਡੇ ਅੰਦਰ ਬਿਰਤੀ ਸੰਤ ਭਲੀ ਹੋਈ ਨਾ ਤੇ ਫਿਰ ਤੁਹਾਡੇ ਹੱਥੋਂ ਚੱਲੀ ਕੋਈ ਤੇਗ ਕਿਸੇ ਦੇ ਭਲੇ ਦੇ ਵਿੱਚ ਤੇ ਚੱਲੇਗੀ ਕਿਸੇ ਦਾ ਨੁਕਸਾਨ ਕਦੀ ਨਹੀਂ ਕਰ ਸਕਦੀ ਗੁਰੂ ਪਾਤਸ਼ਾਹ ਜੀ ਨੇ ਸੰਤ ਵੀ ਬਣਾਇਆ ਤੇ ਗੁਰੂ ਪਾਤਸ਼ਾਹ ਜੀ ਨੇ ਕੀ ਬਣਾਇਆ ਅੱਗੇ ਸਿਪਾਈ ਵੀ ਬਣਾਇਆ ਕੋ ਸਤਨਾਮ ਸ੍ਰੀ ਵਾਹਿਗੁਰੂ